ਪਤਾ ਲੱਗਾ ਸੀ ਕਿ ਮੇਰੇ ਪਿੱਤੇ 'ਚ ਪੱਥਰੀ ਹੈ। ਉਸ ਤੋਂ ਬਾਅਦ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਨਾਲ ਕੰਟੈਕਟ ਕੀਤਾ। ਮੈਂ ਫਿਰ ਇਹਨਾਂ ਦੇ ਹੋਸਪਿਟਲ ਸਟਾਰ ਹੋਸਪਿਟਲ 'ਚ ਆ ਗਿਆ ਅਤੇ ਇਹਨਾਂ ਨੇ ਮੇਰਾ ਆਪਰੇਸ਼ਨ ਕੀਤਾ। ਸਭ ਬਹੁਤ ਵਧੀਆ ਹੋ ਗਿਆ, ਮੈਂ ਬਹੁਤ ਸੈਟਿਸਫਾਈ ਹਾਂ। ਸਿੰਘ ਹੈ, ਮੇਰੀ ਏਜ 63 ਈਅਰ ਹੈ। ਮੈਨੂੰ ਪਤਾ ਲੱਗਾ ਸੀ ਕਿ ਮੇਰੇ ਪਿੱਤੇ 'ਚ ਪੱਥਰੀ ਹੈ। ਫਿਰ ਮੈਂ ਜਲੰਧਰ 'ਚ 3-4 ਡਾਕਟਰ ਦੀ ਰਾਏ ਲਈ। ਉਸ ਤੋਂ ਬਾਅਦ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਨਾਲ ਕੰਟੈਕਟ ਕੀਤਾ ਅਤੇ ਇਹਨਾਂ ਨੇ ਮੈਨੂੰ ਦੇਖਿਆ ਪਰਖਿਆ ਅਤੇ ਮੈਨੂੰ ਕਹਿੰਦੇ ਵੀ ਕਰ ਦਿਆਂਗੇ ਓਪਰੇਸ਼ਨ। ਅਤੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਮੈਨੂੰ ਬਹੁਤ ਵਧੀਆ ਲੱਗਾ ਬਈ ਇਹ ਮਾਸਟਰ ਲੱਗਦੇ ਨੇ। ਮੈਂ ਫਿਰ ਇਹਨਾਂ ਦੇ ਹੋਸਪਿਟਲ ਸਟਾਰ ਹੋਸਪਿਟਲ 'ਚ ਆ ਗਿਆ ਅਤੇ ਇਹਨਾਂ ਨੇ ਮੇਰਾ ਆਪਰੇਸ਼ਨ ਕੀਤਾ। 1 ਘੰਟੇ 'ਚ ਹੀ ਮੈਨੂੰ ਹੋਸ਼ ਆ ਗਈ ਅਤੇ ਉਸ ਤੋਂ ਬਾਅਦ 1 ਰਾਤ ਮੈਨੂੰ ਰੱਖਿਆ ਅਤੇ ਨੈਕਸਟ ਡੇ ਇਹਨਾਂ ਨੇ ਮੈਨੂੰ ਮੋਰਨਿੰਗ ਡਿਸਚਾਰਜ ਕਰ ਦਿੱਤਾ। ਫਿਰ 5 ਦਿਨ ਬਾਅਦ ਮੈਨੂੰ ਬੁਲਾਇਆ, ਚੈੱਕਅਪ ਕੀਤਾ ਅਤੇ ਮੈਂ ਖੁਦ ਦੇਖਿਆ ਜਿੱਥੇ ਕੱਟ ਲੱਗੇ ਸੀਗੇ ਉਹ ਬਿਲਕੁਲ ਠੀਕ ਨੇ, ਕੋਈ ਟਾਂਕੇ ਟੂੰਕੇ ਨਹੀਂ ਲਾਏ, ਸਭ ਬਹੁਤ ਵਧੀਆ ਹੋ ਗਿਆ। ਮੈਂ ਬਹੁਤ ਸੈਟਿਸਫਾਈ ਹਾਂ। ਮੈਂ ਡਾਕਟਰ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਹਾਂ। ਡਾਕਟਰ ਸਾਹਿਬ ਦਾ ਰੇਟ ਵੀ ਆਮ ਹੋਸਪਿਟਲ ਨਾਲੋਂ ਠੀਕ ਹੈ, ਜ਼ਿਆਦਾ ਨਹੀਂ ਹੈਗਾ। ਅਤੇ ਜਿਹੜਾ ਹੋਸਪਿਟਲ ਦਾ ਸਟਾਫ ਹੈ, ਨਰਸਿੰਗ ਵਗੈਰਾ, ਉਹ ਵੀ ਬਹੁਤ ਕੋਆਪਰੇਟਿਵ ਹੈ। ਪੂਰੀ ਰਾਤ ਮੇਰੇ ਕੋਲ ਦੇਖਭਾਲ ਕੀਤੀ ਇਹਨਾਂ ਨੇ ਮੇਰੀ ਚੰਗੀ ਤਰ੍ਹਾਂ। ਅਤੇ ਜਿਹੜਾ ਆਪਣਾ ਹੋਰ ਵੀ ਸਟਾਫ ਹੈ, ਸਫਾਈ ਕਰਮਚਾਰੀ, ਉਹ ਵੀ ਰਾਤ ਨੂੰ ਵੀ ਸਫਾਈ ਕਰਦੇ ਨੇ ਆ ਕੇ ਕਮਰਿਆਂ ਦੀ। ਮੈਂ ਮਤਲਬ ਦਿਲੋਂ ਖੁਸ਼ ਹੋ ਕੇ ਗਿਆ ਹੋਸਪਿਟਲ 'ਚ।